ਸਿੱਧੂ ਦਾ ਪੱਕਾੜੀ ਯਾਦਗਾਰ ਤੇ ਸਟicker ਵੇਚ ਕਰਦਾ ਹੈ ਗੁਜ਼ਾਰਾ ਸਿੱਧੂ ਮੂਸੇਵਾਲਾ ਜਿਉਂਦੇ ਜੀ ਵੀ ਕਈਆਂ ਨੂੰ ਰੋਜ਼ਗਾਰ ਦਿੰਦਾ ਸੀ ਤੇ ਜਾਣ ਪਿੱਛੋਂ ਇਨ੍ਹਾਂ ਲੋਕਾਂ ਨੂੰ ਰੋਜ਼ਗਾਰ ਦੇ ਗਿਆ ਇਹ ਬਾਈ ਦਾ ਨਾਂ ਮੰਗੀ ਆ ਤੇ ਪਿੰਡ ਮੂਸੇ ਦਾ ਰਹਿਣ ਵਾਲਾ ਹੈ ਇਸ ਦਾ ਕਹਣਾ ਹੈ ਕਿ ਸਿੱਧੂ ਸਾਨੂੰ ਅਣਖਾਂ ਨਾਲ ਜਿਉਣਾ ਸਿਖਾ ਗਿਆ ਤੇ ਆਪਣੇ ਹੱਥੀ ਕਿਰਤ ਕਰਨੀ ਸਿਖਾ ਗਿਆ ਸਿੱਧੂ ਕਰਕੇ ਹੀ ਅੱਜ ਅਸੀਂ ਮਿਹਨਤ ਮਜ਼ਦੂਰੀ ਕਰਨ ਸਿੱਖੇ ਆ ਕਿਉਂਕਿ ਸਿੱਧੂ ਵੀ ਮਿਹਨਤ ਕਰਕੇ ਇਨ੍ਹਾਂ ਟਿੱਬਿਆਂ ਦੇ ਵਿੱਚੋਂ ਉੱਠ ਕੇ ਦੇਚਾਂ ਦੇਚਾਂ ਤੱਕ ਤੱਕ ਪਾ ਕੇ ਗਿਆ ਸੀ ਇਸ ਦੀਆਂ ਗੱਲਾਂ ਬਹੁਤ ਹੀ ਜ਼ਿਆਦਾ ਭਾਵਕ ਵੀ ਕਰਨ ਵਾਲੀਆਂ ਨੇ ਤਾਂ ਦੋਸਤੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰ ਦਿਓ ਇਸ ਮੰਗੀ ਨੇ ਜੋ ਸਿੱਧੂ ਦੇ ਨਾਲ ਇਹ ਯਾਰੀ ਦੀ ਕਹਾਣੀ ਸੁਣਾਈ ਹੈ ਸੁਣ ਕੇ ਰੂਹ ਕੰਬ ਜੇਗੀ ਸੁਣੋ ਇਹ ਕਹਾਣੀ ਤੇ ਕਰਿਓ ਸ਼ੇਅਰ ਹੈ ਮੰਗੀ ਆ ਹੈ ਮੰਗੀ ਮੰਗੀ ਕਿਹੜਾ ਪੰਡਾ ਮੂਸਾ ਹੀ ਆ ਮੂਸਾ ਹਾਂ ਅਜਾ ਭਾਈ ਕਿੰਨੇ ਕਿੰਨਾ ਚਿਰ ਹੋ ਗਿਆ ਆ ਵੇਦ ਨੂੰ ਇਹਨਾਂ ਆਹੀ 3-4 ਮਹੀਨੇ ਹੋ ਗਏ ਹੈ ਤਿੰਨ ਚਾਰ ਮਹੀਨੇ ਤਾਂ ਹੋ ਗਏ ਦੇਖ ਅੱਛਾ ਪਹਿਲਾਂ ਕੀ ਕਰਦਾ ਸੀ ਬਈ ਪਹਿਲਾਂ ਬਸ ਹੋਰ ਕੰਮ ਕਰ ਲੈਂਦੇ ਸੀ ਕੀ ਕਰਦਾ ਸੀ ਕੱਪੜੇ ਉਪੜੇ ਬਣਾ ਲੈਂਦੇ ਸੀ ਥੋੜੇ-ਥੋੜੇ ਅੱਛਾ ਤੇ ਇੰਦਰ ਦਾ ਕੰਮ ਕਰਦਾ ਸੀ ਸਿੱਧਰੂ ਮਿਲੇ ਸੀ ਕਿ ਹਾਂ ਹਾਂ ਮਿਲੇ ਬਹੁਤ ਬੜੀ ਪੱਕੀ ਕੀ ਗੱਲਾਂ ਹੁੰਦੀਆਂ ਬਸ ਸੂੰ ਬੁਲਾ ਲੈਂਦੇ ਹੈਲੋ ਆਏ ਹੁੰਦੀ ਸੀ ਹੈ ਬੁਲਾ ਲੈਂਦਾ ਸੀ ਕਿਵੇਂ ਬਸ ਅੱਛਾ ਭਾਵੇਂ ਪੁਰਾਣਾ ਪੁਰਾਣਾ ਕਰ ਸਾਡੇ ਕੋਲ ਹੀ ਉੱਧਰ ਅੱਛਾ ਹਾਂ ਕਿਵੇਂ ਗੱਲ ਕਰਦਾ ਸੀ ਉਹ ਸਾਰਿਆਂ ਨੂੰ ਪਤਾ ਲੈ ਜਾ ਕਿਵੇਂ ਗੱਲ ਕਰਦਾ ਸੀ ਵਧੀਆ ਗੱਲਾਂ ਕਰਦਾ ਸੀ ਬਰਾ ਹੈ ਜਾਨ ਜਾਨ ਬਹੁਤ ਕਹਿੰਦਾ ਹੁੰਦਾ ਹਾਂ ਜਾਨ ਕਹਾਂ ਮਿਲਿਆ ਸੀ ਬਾਈ ਕਦੇ ਹਾਂ ਹਾਂ ਮਿਲਿਆ ਸੀ ਬਾਈ ਕਿੰਨੇ ਵਾਰ ਕਈ ਵਾਰੀ ਮਿਲਿਆ ਤਾਂ ਛੋਟਾ ਹੁੰਦਾ ਮਿਲਦਾ ਰਿਹਾਗਾ ਬਿਨਾ ਕੇਕੀ ਤੋਂ ਵੀ ਮਿਲਦਾ ਰਿਹਾ ਉਹ ਕਿਹੜੀ ਜਗ੍ਹਾ ਤੁਸੀਂ ਮੂਸੇ ਤੋਂ ਉੱਧ ਦੇ ਹਾਂ ਪਰਾਣਾ ਘਰ ਉਧਰ 43 ਸਾਡੇ ਕੋਲ ਬਾਈ ਕਿਵੇਂ ਆ ਐਕਸੀਡੈਂਟ ਹੋਇਆ ਸੀ ਨਹੀਂ ਨਹੀਂ ਉਹ ਪਹਿਲਾਂ ਤੂੰ ਆ ਬਚਪਨ ਤੋਂ ਹੀ ਬਚਪਨ ਤੋਂ ਹੀ ਤੇ ਕਮਾਈ ਹੋ ਜਾਂਦੀ ਹੈ ਕਿੰਨੇ ਕ ਹਾਂ ਠੀਕ ਹੈ ਬਸ ਟਾਈਮ ਪਾਸ ਹੋ ਜਾਂਦਾ ਪਰਾਣਾ ਕੀ ਕੁਝ ਵੇਚਦੇ ਸੀ ਫੁੱਟਮਾਸ ਪਹਿਲਾਂ ਉਹ ਵੇਚ ਦਿੰਦੇ ਸੀ ਕੱਪ-ਕੱਪ ਜਿਹੇ ਵੀ ਹੁਣ ਪਹਿਲਾਂ ਉਹ ਚਗਾਤੀਆਂ ਸੀ ਜਾਨਾ ਹਮ ਫਿਰ ਆ ਵੇਚਣ ਲੱਗੇ ਦੁਬਾਰਾ ਅੱਛਾ ਇਹ ਕਿੰਨੇ ਦਾ ਬਾਈ ਇੱਕ ਇਹ ਇੱਕ 30 ਦਾ ਇੱਕ 30 ਦਾ ਅੱਛਾ ਤੇ ਆ ਦੇਖੋ ਬਾਈ ਤੁਸੀਂ ਹੁਣ ਇੱਕ ਸਭ ਤੋਂ ਪਹਿਲੀ ਅਪੀਲ ਤੇ ਆਖਰੀ ਅਪੀਲ ਤਾਂ ਇਹੀ ਕਰਦੇ ਆ ਯਾਰ ਵੀ ਪਿੰਡ ਦਾ ਬੰਦਾ ਹੈ ਤੇ ਅੱਜ ਰੋਜ਼ਗਾਰ ਦੇ ਗਿਆ ਸਿੱਧੂ ਇਹਨਾਂ ਨੂੰ ਹਣਾ ਜਾਂਦਾ ਆਂਦਾ ਤੇ ਬਾਈ ਇੱਕ ਅਪੀਲ ਇਹੀ ਹੈ ਵੀ ਸਾਡੇ ਚੈਨਲ ਦੇ ਥਰੂ ਤਾਂ ਅਸੀਂ ਇਹੀ ਗੱਲ ਕਹਾਂਗੇ ਵੀ ਯਾਰ ਜਦੋਂ ਵੀ ਕੋਈ ਆਉਂਦਾ ਨਾ ਆ ਬਾਈ ਤੋਂ ਜ਼ਰੂਰ ਇੱਕ ਅੱਧਾ ਸਟicker ਖਰੀਦ ਲਿਆ ਕਰੋ ਕਿਉਂਕਿ ਇਹ ਇਹ ਸਾਰੇ ਦਿਨ ਦਾ ਇਹ ਸੋਚ ਕੇ ਆਉਂਦਾ ਵੀ ਯਾਰ ਸਾਰੇ ਵੇਚ ਕੇ ਜਾਣੇ ਹਣਾ ਤੇ ਵੱਤੋ ਵੱਤ ਖਰੀਦਾ ਕਰੋ ਯਾਰ ਹਨਾ ਯਾਦਗਾਰ ਤੇ ਬਾਈ ਚੱਲ ਫਿਰ ਨਹੀਂ ਸਕਦਾ ਪਰ ਫਿਰ ਵੀ ਇਹ ਇਹ ਸਿੱਧੂ ਨੇ ਸਿਖਾਈਏ ਅਣਖਾਂ ਵਾਲੀ ਗੱਲ ਤੇ ਰੁੱਤਵੇ ਵਾਲੀ ਗੱਲ ਵੀ ਕਿਵੇਂ ਜਿਉਣਾ ਹੈ ਜੇ ਹੱਕ ਨਾਲ ਜਿਉਣਾ ਤਾਂ ਹੱਕ ਦੀ ਕਮਾਈ ਖਾ ਕੇ ਜਿਉਣਾ ਪਊ ਤੇ ਬਾਈ ਹੱਕ ਦੀ ਕਮਾਈ ਕਰ ਰਿਹਾ ਤੇ ਵੱਤੋ ਵੱਤ ਸਹਿਯੋਗ ਦਿਆ ਕਰੋ ਜਿੰਨੇ ਵੀ ਦੋਸਤ ਵਿਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਨੇ ਬਾਈ ਆ ਨਾਮ ਦੱਸ ਦੇ ਉਰੇ ਕਿੱਥੇ ਜਾਉਣਾ ਤੂੰ ਦਿੱਲੀ ਉਰੀ ਹੁਣਾ ਕੀ ਨਾ ਤਰਾ ਮੰਗੀ ਜਾਂਦਾ ਮੰਗੀ ਨੂੰ ਮਿਲਣਾ ਬਾਈ ਇਹਦੇ ਕੋਲੇ ਆ ਸਟicker ਨੇ ਇੱਥੋਂ ਆ ਕੇ ਆ ਖਰੀਦ ਲਿਓ ਤੇ ਫੇਰੀ ਆ ਮੰਗੀ ਦਾ ਫਾਇਦਾ ਹੋਣਾ ਤੇ ਮੰਗੀ ਵੀ ਸਿੱਧੂ ਮੂਸੇਵਾਲੇ ਨੂੰ ਬਹੁਤ ਚਾਹੁੰਦਾ ਤੇ ਜੇ ਤੁਸੀਂ ਚਾਹੁੰਦੇ ਹੋ ਤਾਂ ਮੰਗੀ ਨੂੰ ਆ ਕੇ ਮਿਲ ਲਿਓ ਤੇ ਆ ਕੇ ਸਟੀਕਰ ਮੰਗੀ ਤੋਂ ਸਿੱਖ ਖਰੀਦ ਲਿਆ ਕਰੋ ਤੇ ਬਹੁਤ ਔਖਾ ਬਾਈ ਜਿਹੜਾ ਸਰਵਾਈਵ ਕਰਦਾ ਤੁਰਦਾ ਫਿਰਦਾ ਬਹੁਤ ਔਖਾ ਤੇ ਦੇਖਿਆ ਸੀਗਾ ਧੁੱਪੇ ਹੁਣ ਫਿਰਦਾ ਹੈ ਹਨਾ ਕੀੜੇ ਦੰਦਾ ਤੇ ਸਭ ਤੋਂ ਵੱਡੀ ਚੀਜ਼ ਹੈ ਬਾਈ ਵੱਧ ਤੋਂ ਵੱਧ ਕੋਸ਼ਿਸ਼ ਇਹ ਹੀ ਕਰਿਆ ਕਰੋ ਵੀ ਜਿਹੜੇ ਵੀ ਤੁਸੀਂ ਆਉਨੇ ਹੋ ਤਾਂ ਆਹ ਬਾਈ ਨੂੰ ਜ਼ਰੂਰ ਮਿਲ ਲਿਓ ਤੇ ਵੱਧ ਤੋਂ ਵੱਧ ਜਿਹੜੀ ਹੈ ਬਾਈ ਤੋਂ ਆਹ ਸਟੀਕਰ ਖਰੀਦਿਆ ਕਰੋ